ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਸਮਰਾਟ ਟੈਕਨੋਲੋਜੀਜ਼ ਵੱਲੋਂ ਸ਼ੀਨੂ ਸਿੰਗਲਾ ਤੁਹਾਡੇ ਸਾਰਿਆਂ ਲਈ ਕੁਝ ਟੈਕਨੀਕਲ ਇਨਫੋਰਮੇਸ਼ਨ ਲੈ ਕੇ ਆਈ ਹਾਂ। ਸੋ ਜਿਵੇਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਅੱਜ ਦੀ ਡੇਟ 'ਚ ਮੈਕਸੀਮਮ ਆਫ ਦਾ ਜਿਹੜੇ ਸਟੂਡੈਂਟਸ ਨੇ ਉਹ ਕੈਨੇਡਾ, ਆਸਟ੍ਰੇਲੀਆ, ਯੂਕੇ, USA ਲਈ ਅਪਲਾਈ ਕਰ ਰਹੇ ਨੇ। ਸੋ ਉੱਥੇ ਜਾ ਕੇ ਉਹ ਜਿਹੜੇ ਵੀ ਟੈਕਨੀਕਲ ਪ੍ਰੋਗਰਾਮਸ ਨੂੰ ਚੂਜ਼ ਕਰਦੇ ਨੇ, ਯੂਨੀਵਰਸਿਟੀਜ਼ ਨੂੰ ਚੂਜ਼ ਕਰਦੇ ਨੇ, ਜਿਵੇਂ ਕਿ ਬਿਜ਼ਨਸ ਮੈਨੇਜਮੈਂਟ ਹੋ ਗਿਆ, ਹੋਸਪਿਟੈਲਿਟੀ ਐਂਡ ਟੂਰਿਜ਼ਮ ਹੋ ਗਿਆ, ਸੋਫਟਵੇਅਰ ਪ੍ਰੋਗਰਾਮਿੰਗ ਵਰਗੇ ਕੋਰਸਿਸ ਹੋ ਗਏ, ਕੰਪਿਊਟਰ ਟੈਕਨੀਸ਼ੀਅਨ ਦੇ ਕੋਰਸਿਸ ਹੋ ਗਏ, ਉੱਥੇ ਉਹਨਾਂ ਨੂੰ ਅਸਾਈਨਮੈਂਟ ਬਣਾਉਣ ਦੇ ਵਿੱਚ ਜਾਂ ਉਹਨਾਂ ਦੇ ਟੈਕਨੀਕਲ ਪ੍ਰੋਗਰਾਮਸ ਨੂੰ ਹੈਂਡਲ ਕਰਨ 'ਚ ਬੜੀਆਂ ਪ੍ਰੋਬਲਮਸ ਨੂੰ ਫੇਸ ਕਰਨਾ ਪੈਂਦਾ। ਸੋ ਮਾਈ ਡੀਅਰ ਸਟੂਡੈਂਟ, ਅਸੀਂ ਸਮਰਾਟ ਟੈਕਨੋਲੋਜੀਜ਼ ਵਿੱਚ ਕੁਝ ਸ਼ੋਰਟ ਟਰਮ ਕੋਰਸਿਸ ਲੈ ਕੇ ਆਏ ਹਾਂ। ਜੇ ਤੁਸੀਂ ਆਲਸ ਕਰ ਚੁੱਕੇ ਹੋ ਔਰ ਵੀਜ਼ੇ ਦਾ ਵੇਟ ਕਰ ਰਹੇ ਹੋ, ਸੋ ਆਪਣਾ ਟਾਈਮ ਬਿਲਕੁਲ ਵੀ ਵੇਸਟ ਨਾ ਕਰੋ। ਤੁਸੀਂ 2-3 ਮੰਥ ਦਾ ਇਹ ਸ਼ੋਰਟ ਟਰਮ ਕਰੈਸ਼ ਕੋਰਸ ਜ਼ਰੂਰ ਜੁਆਇਨ ਕਰੋ ਤਾਂ ਕਿ ਤੁਹਾਡੀ ਇੱਥੋਂ ਹੀ ਟੈਕਨੀਕਲ ਨੌਲੇਜ ਜਿਹੜੀ ਆ ਉਹ ਇੰਨੀ ਕੁ ਬਿਲਡ ਹੋ ਜਾਵੇ, ਜਿਹੜੀਆਂ ਵੀ ਲੈਂਗੁਏਜਿਸ ਤੁਸੀਂ ਉੱਥੇ ਜਾ ਕੇ ਕਰਨੀਆਂ ਨੇ ਉੱਥੇ ਜਾ ਕੇ ਤੁਹਾਨੂੰ ਬਿਲਕੁਲ ਵੀ ਪ੍ਰੋਬਲਮ ਫੇਸ ਨਾ ਕਰਨੀ ਪਵੇ। ਜਿਵੇਂ ਕਿ ਤੁਸੀਂ ਸੋਫਟਵੇਅਰ ਜਾਂ ਕੰਪਿਊਟਰ ਟੈਕਨੀਸ਼ੀਅਨ ਦੇ ਜਿਹੜੇ ਵੀ ਪ੍ਰੋਗਰਾਮ ਕਰਦੇ ਹੋ ਉਹਦੇ ਵਿੱਚ ਤੁਹਾਨੂੰ ਮੈਕਸੀਮਮਲੀ ਜਾਵਾ, ਵੈਬ ਡਿਵੈਲਪਮੈਂਟ ਔਰ HTML, CSS ਔਰ C++ ਵਰਗੇ ਪ੍ਰੋਗਰਾਮ ਜਿਹੜੇ ਹੈਗੇ ਨੇ ਅੱਜ ਦੀ ਡੇਟ 'ਚ ਮੈਕਸੀਮਮ ਕਵਰੇਜ ਦੇ ਵਿੱਚ ਯੂਜ਼ ਹੋ ਰਹੇ ਨੇ। ਔਰ ਅਗਰ ਤੁਸੀਂ ਸੋਫਟਵੇਅਰ ਦੇ ਅਕੋਰਡਿੰਗ ਤੁਸੀਂ ਦੇਖੋ ਤਾਂ ਜਾਵਾ ਦਾ ਜਿਹੜਾ ਯੂਜ਼ ਹੈ ਮੈਕਸੀਮਮ, ਜਾਵਾ ਔਰ ਪਾਈਥਨ ਦੇ ਵਿੱਚ ਤੁਹਾਨੂੰ ਪ੍ਰੋਗਰਾਮ ਜਿਹੜੇ ਹੈਗੇ ਨੇ ਜ਼ਿਆਦਾ ਮਿਲ ਰਹੇ ਨੇ। ਸੋ ਤੁਸੀਂ ਸ਼ੋਰਟ ਟਰਮ ਕਰੈਸ਼ ਕੋਰਸਿਸ ਦੇ ਵਿੱਚ ਇਹਨਾਂ ਪ੍ਰੋਗਰਾਮਸ ਨੂੰ ਕਵਰ ਕਰਕੇ ਆਪਣੀ ਨੌਲੇਜ ਨੂੰ ਬਿਲਡ ਕਰ ਸਕਦੇ ਹੋ ਔਰ ਇੱਥੋਂ ਹੀ ਤੁਸੀਂ ਇੰਨਾ ਪ੍ਰਪੇਅਰ ਹੋ ਕੇ ਜਾ ਸਕਦੇ ਹੋ ਕਿ ਉਹ ਜਿਹੜੀ ਲੈਂਗੁਏਜ ਨੂੰ ਤੁਸੀਂ ਉੱਥੇ ਜਾ ਕੇ ਕਰੋਗੇ ਉੱਥੇ ਤੁਹਾਨੂੰ ਬਿਲਕੁਲ ਵੀ ਪ੍ਰੋਬਲਮ ਫੇਸ ਨਹੀਂ ਕਰਨੀ ਪਵੇਗੀ। ਸਾਡੇ ਕੋਲ ਸਾਈਬਰ ਸਿਕਿਉਰਿਟੀ ਨਾਲ ਰਿਲੇਟਡ ਵੀ ਪ੍ਰੋਗਰਾਮ ਹੈਗੇ ਨੇ, ਜਿਵੇਂ ਕਿ ਸਟੂਡੈਂਟ ਅਗਰ ਇਥੀਕਲ ਹੈਕਿੰਗ, ਸਾਈਬਰ ਸਿਕਿਉਰਿਟੀ, ਫਿਸ਼ਿੰਗ ਅਟੈਕ ਔਰ SQL ਇੰਜੈਕਸ਼ਨ ਵਰਗੇ ਕੋਰਸਿਸ ਦੇ ਨਾਲ ਆਪਣੀ ਨੌਲੇਜ ਨੂੰ ਬਿਲਡ ਕਰਨਾ ਚਾਹੁੰਦੇ ਨੇ ਔਰ ਆਪਣੇ ਟੈਕਨੀਕਲ ਗਰੂਮ ਕਰਨਾ ਚਾਹੁੰਦੇ ਨੇ ਤਾਂ ਉਹ ਇਹ ਕੋਰਸ ਨੂੰ ਵੀ ਇੱਥੇ ਜੁਆਇਨ ਕਰ ਸਕਦੇ ਨੇ। ਜਿਵੇਂ ਕਿ ਸਟੂਡੈਂਟ ਤੁਸੀਂ ਬਿਜ਼ਨਸ ਮੈਨੇਜਮੈਂਟ ਦਾ ਕੋਰਸ ਲੈ ਕੇ ਜਾਂਦੇ ਹੋ ਤਾਂ ਬਿਜ਼ਨਸ ਮੈਨੇਜਮੈਂਟ ਕੋਰਸ ਲਈ ਸਭ ਤੋਂ ਮੋਸਟ ਇੰਪੋਰਟੈਂਟ ਜਿਹੜੀ ਤੁਹਾਡੇ ਲਈ ਹੁੰਦੀ ਹੈ ਐਕਸਲ ਐਡਵਾਂਸਮੈਂਟ ਔਰ ਅਕਾਊਂਟਸ ਦੇ ਵਿੱਚ ਤੁਸੀਂ ਆਪਣੀ ਨੌਲੇਜ ਨੂੰ ਬਿਲਡ ਕਰਕੇ ਜਾਓ, ਜਿਵੇਂ ਕਿ ਕੁੱਕ ਬੁੱਕਸ ਹੋ ਗਿਆ, ਸੈਪ ਹੋ ਗਿਆ, ਟੈਲੀਪ੍ਰਾਈਮ ਹੋ ਗਿਆ, ਔਰ ਇਸ ਤੋਂ ਇਲਾਵਾ ਅਕਾਊਂਟਿੰਗ ਦੇ ਫੀਚਰਸ ਦੇ ਅਕੋਰਡਿੰਗ ਤੁਸੀਂ ਅਕਾਊਂਟਿੰਗ ਨੂੰ ਇੱਥੋਂ ਹੀ ਨੌਲੇਜ ਨੂੰ ਗੇਨ ਕਰਕੇ ਜਾਓ ਤਾਂ ਕਿ ਤੁਹਾਡੀ ਅਕਾਊਂਟੇਬਿਲਟੀ ਜਿਹੜੀ ਹੋਵੇ ਔਰ ਬਿਲਿੰਗ ਦੇ ਵਿੱਚ ਤੁਸੀਂ ਉੱਥੇ ਜਾ ਕੇ ਅਗਰ ਜੋਬ ਕਰਨੀ ਹੈ ਜਾਂ ਆਪਣੀ ਸਟੱਡੀ ਨੂੰ ਕਵਰ ਅਪ ਕਰਨਾ ਤੁਹਾਨੂੰ ਬਿਲਕੁਲ ਵੀ ਪ੍ਰੋਬਲਮ ਫੇਸ ਨਾ ਕਰਨੀ ਪਵੇ। ਸੋ ਸਾਡੇ ਸਾਰੇ ਕੋਰਸਿਸ ਨੂੰ ਅਸੀਂ ਸ਼ੋਰਟ ਟਰਮ ਕੋਰਸਿਸ ਦੇ ਵਿੱਚ ਵੀ ਲਾਂਚ ਕੀਤਾ ਕਿਉਂਕਿ ਜਿਵੇਂ ਕਿ ਸਟੂਡੈਂਟ ਕੋਲ ਟਾਈਮ ਬਹੁਤ ਸ਼ੋਰਟ ਹੁੰਦਾ ਤਾਂ ਉਸੇ ਸ਼ੋਰਟ ਪੀਰੀਅਡ ਦੇ ਵਿੱਚ ਹੀ ਉਹ ਆਪਣੇ ਇਹਨਾਂ ਕੋਰਸਿਸ ਨੂੰ ਕਵਰ ਕਰ ਸਕਦੇ ਹੈ। ਸੋ ਜਿਵੇਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਅੱਜ ਦੀ ਡੇਟ 'ਚ ਮੈਕਸੀਮਮ ਟੈਕਨੀਕਲ ਔਰ ਪ੍ਰੈਕਟੀਕਲ ਦਾ ਹੀ ਟ੍ਰੈਂਡ ਹੈ, ਸੋ ਸਮਰਾਟ ਟੈਕਨੋਲੋਜੀਜ਼ ਵਿਖੇ ਤੁਹਾਨੂੰ ਇੰਟਰਨੈਸ਼ਨਲ ਸਰਟੀਫਿਕੇਸ਼ਨ ਵੀ ਪ੍ਰੋਵਾਈਡ ਹੋਏਗਾ ਔਰ 100% ਪ੍ਰੈਕਟੀਕਲ ਨੌਲੇਜ ਮਿਲੇਗੀ। ਇਸ ਪ੍ਰੈਕਟੀਕਲ ਨੌਲੇਜ ਦੇ ਨਾਲ ਨਾਲ ਤੁਸੀਂ ਆਪਣੇ ਆਪ ਨੂੰ ਟੈਕਨੀਕਲੀ ਇੰਨਾ ਜ਼ਿਆਦਾ ਗਰੂਮ ਅਪ ਕਰ ਲਓ ਕਿਉਂਕਿ ਤੁਸੀਂ ਆਪਣੇ ਲਾਈਵ ਪ੍ਰੋਜੈਕਟਸ ਨੂੰ ਖੁਦ ਆਪਣੇ ਬੇਸਿਸ 'ਤੇ ਬਿਲਡ ਕਰ ਸਕਦੇ ਹੋ ਔਰ ਉੱਥੋਂ ਦੀ ਕੰਪਨੀਜ਼ ਦੇ ਨਾਲ ਇੱਕ ਅੱਛਾ ਪਰਫੋਰਮੈਂਸ ਜਿਹੜਾ ਹੈ ਕਵਰ ਅਪ ਕਰ ਸਕਦੇ ਹੋ। ਸੋ ਸਾਰੇ ਜਣੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਸਮਰਾਟ ਟੈਕਨੋਲੋਜੀਜ਼ ਮੁਕਤਸਰ। ਥੈਂਕ ਯੂ ਵੈਰੀ ਮੱਚ।